ਉਹਦੇ ਪੈਸੇ ਉਹਦੇ ਗੋਲੀ ਲੱਗ ਗਈ ਸੀ ਉਹ ਹੁਣ ਵੀ ਜਾਣੀ ਲੱਤਾਂ ਉਹਦੀਆਂ ਬਣੀਆਂ ਕੰਮ ਨਹੀਂ ਕਰਦੀਆਂ ਮੈਂਟਲੀ ਤਾਂ ਬਹੁਤ ਵਧੀਆ ਬਾਕੀ ਬਾਹਰ ਤਾਂ ਹੁਣ ਕਹਿ ਨਹੀਂ ਸਕਦੇ ਕੇ ਐਸ ਮੱਖਣ ਬਾਈ ਹੈ ਨਾ ਪੂਰੀ ਦੁਨੀਆ ਦੇ ਵਿੱਚ ਨਾਮ ਜਾਣਿਆ ਜਾਂਦਾ ਅਤੇ ਪਸੰਦ ਕਰਦੇ ਹੋ ਉਹਨਾਂ ਦੇ ਗਾਣੇ ਨਾ ਅਸੀਂ ਉਦੋਂ ਜਾਣੀ ਚੰਗੇ ਸੀ ਅਤੇ ਇਹ ਫਿਰ ਦੋਵਾਂ ਦੇ ਕੁਲਦੀਪ ਨਾਂ ਸੀ ਇਸ ਕਰਕੇ ਇਹਨੂੰ ਕੇ ਐਸ ਕਹਿਣ ਲੱਗ ਪਏ ਦੇਖੋ ਜਦੋਂ ਇਹਨਾਂ ਨੇ ਅੰਮ੍ਰਿਤ ਛਕਿਆ ਨਾ ਉਹਨਾਂ ਦਾ ਗਾਉਣ ਦਾ ਤਰੀਕਾ ਵੀ ਇੱਦਾਂ ਹੀ ਆ ਗਾਣੇ ਵੀ ਜਿੱਦਾਂ ਇੱਦਾਂ ਦੇ ਆ ਕਈ ਬੰਦੇ ਨਾ ਐਵੇਂ ਹੀ ਕਹਿ ਦਿੰਦੇ ਆ ਵੀ ਇਹ ਉਹ ਐਂ ਅਤੇ ਬਾਈ ਜਦੋਂ ਆਊਗਾ ਫਿਰ ਉਹਨੂੰ ਕੀ ਜਵਾਬ ਦੇਵਾਂਗੇ ਕੁਛ ਵੀ ਨਹੀਂ ਆਈਗਾ ਜਵਾਬ ਮਿੰਟ ਲਾਈ ਦਾ ਚੱਕਰ ਕਮਾਉਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੱਤੀ ਤੁਸੀਂ ਵੇਖ ਰਹੇ ਚੈਨਲ ਸੱਤ ਰੰਗ ਅਤੇ ਚੈਨਲ ਸੱਤ ਰੰਗ 'ਤੇ ਤੁਸੀਂ ਮੇਰੇ ਨਾਲ ਵੱਖੋ ਵੱਖਰੇ ਸ਼ੋਅਜ਼ ਦੇਖਦੇ ਰਹਿੰਦੇ ਹੋ ਅਤੇ ਅੱਜ ਇੱਕ ਨਵੇਂ ਸ਼ੋਅ ਦੇ ਵਿੱਚ ਤੁਹਾਨੂੰ ਲੈ ਕੇ ਅਸੀਂ ਪਹੁੰਚੇ ਹਾਂ ਨਕੋਦਰ ਨੇੜੇ ਪੈਂਦੇ ਪਿੰਡ ਸ਼ੰਕਰ ਵਿਖੇ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਕੇ ਐਸ ਮੱਖਣ ਦਾ ਪਿੰਡ ਹੈ ਕੇ ਐਸ ਮੱਖਣ ਜਿਨ੍ਹਾਂ ਨੇ ਕਿ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਅਤੇ ਬਹੁਤ ਸਾਰੇ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਅਤੇ ਅੱਜ ਅਸੀਂ ਉਹਨਾਂ ਦੇ ਪਿੰਡ ਖੜ੍ਹੇ ਹਾਂ ਅਤੇ ਮੇਰੇ ਬੈਕ ਸਾਈਡ 'ਤੇ ਬਿਲਕੁਲ ਉਹਨਾਂ ਦੀ ਕੋਠੀ ਦਿਖਾਈ ਦੇ ਰਹੀ ਹੈ ਅਤੇ ਆਓ ਅੱਜ ਆਪਾਂ ਪਿੰਡ ਦੇ ਵਿੱਚ ਜਾਂਦੇ ਹਾਂ ਅਤੇ ਸ਼ੰਕਰ ਪਿੰਡ ਦੇ ਲੋਕਾਂ ਤੋਂ ਪੁੱਛਦੇ ਹਾਂ ਕੇ ਐਸ ਮੱਖਣ ਬਾਰੇ ਉਹਨਾਂ ਦੀ ਲਾਈਫ ਬਾਰੇ ਬਚਪਨ ਕਿਵੇਂ ਰਿਹਾ ਗਾਇਕੀ ਦੀ ਸ਼ੁਰੂਆਤ ਕਿਵੇਂ ਕਰੀ ਅਤੇ ਕਿਵੇਂ ਕਿਵੇਂ ਉਹਨਾਂ ਦੀ ਲਾਈਫ ਦੇ ਵਿੱਚ ਤਰੱਕੀਆਂ ਆਈਆਂ ਸੋ ਆਓ ਜਾਣਦੇ ਸ਼ੰਕਰ ਪਿੰਡ ਦੇ ਲੋਕਾਂ ਤੋਂ ਅਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਹਾਂ ਆਓ ਚੱਲਦੇ ਹਾਂ ਅਸੀਂ ਪਿੰਡ ਸ਼ੰਕਰ ਦੇ ਵਿੱਚ ਬੈਠੇ ਹਾਂ ਅਤੇ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਪਿੰਡ ਦੇ ਬਜ਼ੁਰਗਾਂ ਤੋਂ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜਿਵੇਂ ਕੇ ਐਸ ਮੱਖਣ ਹੈ ਨਾ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਹੈਗਾ ਅਤੇ ਸ਼ੰਕਰ ਪਿੰਡ ਉਹਨਾਂ ਦੇ ਨਾਮ ਕਰਕੇ ਜਾਣਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ ਸ਼ੰਕਰ ਪਿੰਡ ਜਿਹੜਾ ਕੇ ਐਸ ਮੱਖਣ ਕਰਕੇ ਮਸ਼ਹੂਰ ਹੋਇਆ ਜਾਂ ਪਹਿਲਾਂ ਵੀ ਇਸ ਪਿੰਡ ਦਾ ਨਾਮ ਜਾਣਿਆ ਜਾਂਦਾ ਸੀ ਕਿਸੇ ਹੋਰ ਇਨਸਾਨ ਕਰਕੇ ਪਹਿਲਾਂ ਵੀ ਇਹ ਪਿੰਡ ਮਸ਼ਹੂਰ ਹੈ ਕਿਉਂਕਿ ਜਿਹੜੇ ਸਰਦਾਰ ਆਪਣੇ ਸਵਰਨ ਸਿੰਘ ਵਿਦੇਸ਼ ਮੰਤਰੀ ਰਹੇ ਆ ਉਹ ਵੀ ਇਸ ਪਿੰਡ ਦੇ ਫਿਰ ਜੋਗਿੰਦਰਪਾਲ ਪਾਂਡੇ ਆਪਣੇ ਇੱਥੇ ਪੰਜਾਬ 'ਚ ਰਹੇ ਮਿਨਿਸਟਰ ਉਹ ਵੀ ਇਸ ਪਿੰਡ ਦੇ ਆ ਅਤੇ ਚੌਧਰੀ ਦਰਸ਼ਨ ਸਿੰਘ ਹੈ ਚੇਅਰਮੈਨ ਰਹੇ ਮੰਡੀਕਰਨ ਬੋਰਡ ਦੇ ਉਹ ਵੀ ਇਸੇ ਪਿੰਡ ਦੇ ਆ ਹੈ ਕਿ ਨਹੀਂ ਇਹ ਮੱਖਣ ਦੇ ਕਰਕੇ ਵੀ ਪਛਾਣ ਹੈ ਪਿੰਡ ਦੀ ਕਿਤੇ ਵੀ ਅਸੀਂ ਜਾ ਕੇ ਦੱਸਦੇ ਨਾ ਵੀ ਅਸੀਂ ਸ਼ੰਕਰ ਤੋਂ ਹਾਂ ਅਗਲਾ ਪੁੱਛਦਾ ਵੀ ਤੁਸੀਂ ਮੱਖਣ ਦੇ ਪਿੰਡ ਦੇ ਹਾਂ ਜਿੱਦਾਂ ਉਹਨੂੰ ਸ਼ੌਂਕ ਸੀ ਪਹਿਲਾਂ ਤੋਂ ਸਾਡੇ ਪਿੰਡ ਹੋਰ ਪਰਿਵਾਰ ਕੇ ਕੁਲਦੀਪੁਰੇ ਵਾਲਿਆ ਇਹ ਦੋਵਾਂ ਦੇ ਕੁਲਦੀਪ ਨਾਂ ਸੀ ਇਸ ਕਰਕੇ ਇਹਨੂੰ ਕੇ ਐਸ ਕਹਿਣ ਲੱਗ ਪਏ ਉਹ ਪੁਰੇ ਵਾਲ ਪਰਿਵਾਰ ਇਹ ਤੱਖਰ ਆ ਅਸੀਂ ਤੱਖਰਿਆ ਨਾਲ ਬੈਠੇ ਭਾਅ ਜੀ ਅਸੀਂ ਕੋਈ ਲਾਗੇ ਲਾਗੇ ਘਰ ਆ ਫਿਰ ਇਹ ਜੇ ਟਾਈਮ 'ਤੇ ਇਹਨਾਂ ਨੇ ਜੁਆਇਨ ਕਰ ਲਈ ਪੁਲਿਸ ਉਦੋਂ ਬਾਅਦ 'ਚ ਇਹਨਾਂ ਨੇ ਉੱਧਰੋਂ ਇਹ ਇੰਗਲੈਂਡ 'ਚ ਲਗਾਏ ਇੰਗਲੈਂਡ ਜਾ ਕੇ ਉਦੋਂ ਫਿਰ ਪਿੱਛੋਂ ਫਿਰ ਉਹਨੂੰ ਫਿਰ ਛੁੱਟ ਜਾਣੀ ਸੀ ਫਿਰ ਆ ਕੇ ਆਪਣੀਆਂ ਟੇਪਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਫਿਰ ਨਾਂ ਬਣ ਗਿਆ ਇਹਨਾਂ ਦੇ ਬਾਅਦ 'ਚ ਅਸੀਂ ਵੀ ਮੈਂ ਵੀ ਬਹੁਤ ਦੇਰ ਦੁਬਈ ਦੇ ਵਿੱਚ ਰਿਹਾ ਕੋਈ 30-32 ਸਾਲ ਉੱਥੇ ਵੀ ਲੋਕ ਸਾਨੂੰ ਇੱਦਾਂ ਸਾਰਾ ਪੰਜਾਬ ਸਾਰਾ ਇੰਡੀਆ ਜਿੱਥੇ ਜਿੱਥੇ ਜਾਂਦੇ ਬਾਹਰਲੇ ਮੁਲਕਾਂ 'ਚ ਜਾਂਦੇ ਸਾਰੇ ਪੁੱਛਦੇ ਵੀ ਕੇ ਐਸ ਮੱਖਣ ਤੁਹਾਡੇ ਜੇ ਅਸੀਂ ਸ਼ੰਕਰ ਨਾਂ ਕਹਿੰਦੇ ਸੀ ਤਾਂ ਉਹ ਕਹਿੰਦੇ ਸੀ ਕੇ ਐਸ ਮੱਖਣਾ ਥੋੜ੍ਹਾ ਜਿਹਾ ਦੱਸੋਗੇ ਕਿਉਂਕਿ ਤੁਸੀਂ ਤਾਂ ਸ਼ੁਰੂ ਤੋਂ ਨਾਲ ਰਹੇ ਹੋਣੇ ਪਿੰਡ ਦੇ ਹੁਣ ਅਤੇ ਹੈ ਨਾ ਛੋਟੇ ਹੁੰਦਿਆਂ ਤੋਂ ਉਹਨਾਂ ਨੂੰ ਦੇਖਿਆ ਹੋਊਗਾ ਜਾਂ ਖੇਡੇ ਹੋਣੇ ਹੈ ਨਾ ਸੋ ਥੋੜ੍ਹਾ ਜਿਹਾ ਪਹਿਲਾਂ ਦੱਸੋਗੇ ਕਿ ਏਜ ਦਾ ਕਿੰਨਾ ਕੁ ਫਰਕ ਹੈਗਾ ਦੋਵਾਂ ਦਾ ਵੱਡੇ ਹੋ ਛੋਟੇ ਹੋ ਜਾਂ ਮੈਂ ਵੱਡਾ ਜੀ ਹਾਂ ਅਤੇ ਇਹ ਆ ਵੀ ਜਦੋਂ ਇਹ ਛੋਟੇ ਛੋਟੇ ਸੀਗੇ ਅਸੀਂ ਉਦੋਂ ਜਾਣੀ ਚੰਗੇ ਸੀ ਅਤੇ ਇਹ ਫਿਰ ਕਾਫੀ ਇਹਨੇ ਮਿਹਨਤ ਕੀਤੀ ਹੈ ਕਿ ਨਹੀਂ ਅਤੇ ਫਿਰ ਪੁਲਿਸ 'ਚ ਵੀ ਇਹ ਰਿਹਾ ਥੋੜ੍ਹਾ ਚਿਰ ਫਿਰ ਜਦੋਂ ਇਹਦੀ ਪਹਿਲੀ ਟੇਪ ਆ ਗਈ ਉਦੋਂ ਬਾਅਦ ਫਿਰ ਇਹਨੇ ਨੌਕਰੀ ਛੱਡ ਦਿੱਤੀ ਅਤੇ ਪਰਿਵਾਰ ਦਾ ਜੇ ਆਪਾਂ ਪਿਛੋਕੜ ਪੁੱਛ ਲਈਏ ਤਾਂ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਅਤੇ ਪਰਿਵਾਰਕ ਮਾਹੌਲ ਕਿਵੇਂ ਸੀ ਪਰਿਵਾਰ ਬਹੁਤ ਵੱਡਾ ਸੀ ਇਹਨਾਂ ਦਾ ਜਿੱਦਾਂ ਇਹਦੇ ਚਾਚੇ ਤਾਏ 5-6 ਭਰਾ ਆ ਹੈ ਕਿ ਨਹੀਂ ਉਹ ਖੇਤੀ ਕਰਦੇ ਸੀ ਪਹਿਲਾਂ ਫਿਰ 2 ਇਹਦੇ ਤਾਇਆ ਅਤੇ ਇੱਕ ਚਾਚਾ ਉਹ ਫੌਜ 'ਚੋਂ ਰਿਟਾਇਰ ਹੈ ਕਿ ਨਹੀਂ ਇੱਕ ਚਾਚਾ ਇਹਦਾ ਫੱਟੜ ਹੋ ਗਿਆ ਸੀ ਜਿਹੜੀ ਆਪਣੀ JNK ਦੇ ਵਿੱਚ RR ਇੱਕ ਯੂਨਿਟ ਹੁੰਦੀ ਆ ਉਹਦੇ ਪੈਸੇ ਉਹਦੇ ਗੋਲੀ ਲੱਗ ਗਈ ਸੀ ਉਹ ਹੁਣ ਵੀ ਜਾਣੀ ਲੱਤਾਂ ਉਹਦੀਆਂ ਬਣੀਆਂ ਕੰਮ ਨਹੀਂ ਕਰਦੀਆਂ ਉੱਦਾਂ ਜਾਣੀ ਉਹ ਵਾਕਰ ਦੇ ਨਾਲ ਤੁਰਿਆ ਫਿਰਦਾ ਅਤੇ ਫਾਦਰ ਸਾਹਿਬ ਦੇ ਇਹਨਾਂ ਦੇ ਕੀ ਕੰਮ ਸੀਗਾ ਮੱਖਣ ਜੀ ਦੇ ਉਹ ਬਿਜਲੀ ਬੋਰਡ 'ਚ ਕੁਛ ਟਾਈਮ ਰਹੇ ਆ ਜਾਂ ਫਿਰ ਖੇਤੀਬਾੜੀ ਕਰਦੇ ਆ ਗਾਣੇ ਵਗੈਰਾ ਸੁਣਦੇ ਹੋ ਇਹਨਾਂ ਦੇ
ਹਾਂਜੀ ਹਾਂਜੀ ਬਹੁਤ ਸੁਣੀ ਦੇ ਸੀ ਜਦੋਂ ਹਾਂਜੀ ਹੁਣ ਜਿੱਦਾਂ ਉਮਰ ਦੇ ਹਿਸਾਬ ਨਾਲ ਘੱਟ ਹੈ ਪਹਿਲਾਂ ਬਹੁਤ ਸੁਣੀ ਦੇ ਸੀ ਜਿੱਦਾਂ ਸਾਡਾ ਆਪਣਾ ਅਲੱਗ ਹੀ ਆ ਮਹੱਲੇ ਦਾ ਮੁੰਡਾ ਵਧੀਆ ਗਾਉਂਦਾ ਸੀ ਠੀਕ ਆ ਫਿਰ ਥੋੜ੍ਹਾ ਜਿਹਾ ਨੇ ਬੱਚਿਆਂ ਨੂੰ ਵੀ ਆਪਣੇ ਹਾਣੀਆਂ ਪਟਵਾਉਣ ਛੋਟਿਆਂ ਨੂੰ ਵੀ ਆ ਕੇ ਨੇ ਥੋੜ੍ਹਾ ਜਿਹਾ ਇੱਕ ਵਾਰ ਜਿੱਦਾਂ ਆਪਣੀ ਕਬੱਡੀ ਨਾਲ ਜੁੜ ਗਿਆ ਥੋੜ੍ਹਾ ਪ੍ਰਮੋਟਰ ਜਿਹਦਾ ਵੀ ਕੰਮ ਕਰਦਾ ਬਾਹਰ ਕਨੇਡੇ 'ਚ ਅਤੇ ਇਹਨੇ ਬੱਚੇ ਪੈਣ ਦੇ ਨਾਲ ਲੈ ਲਿਆ ਇੱਥੋਂ ਵੀ ਉਹਨਾਂ ਨੂੰ ਸਿੱਖਿਆ ਦਿੱਤੀ ਨਾਲ ਆਪਣਾ ਖਾਣਾ ਦਾਣਾ ਵੀ ਦਿੰਦਾ ਸੀ ਸਭ ਕੁਛ ਬਣਾਉਂਦਾ ਸੀ ਇੱਦਾਂ ਇੱਥੇ ਗਰਾਊਂਡ ਵਿੱਚ ਮਿਹਨਤ ਕਰਦਾ ਹੁੰਦਾ ਸੀ ਨਾਲ ਆਪ ਵੀ ਬਹੁਤ ਸੋਹਣਾ ਕੰਮ ਕਰਕੇ ਗਿਆ ਵਿੱਚੋਂ ਬੱਚੇ ਫਿਰ ਥੋੜ੍ਹੇ ਬਹੁਤੇ ਉੱਥੇ ਕਨੇਡਾ ਵੀ ਲੈ ਗਿਆ ਸੈਟਲ ਕਰਾਏ ਆ ਅਤੇ ਤੁਸੀਂ ਸ਼ੰਕਰ ਪਿੰਡ ਦੇ ਹੋ ਨਹੀਂ ਮੇਰਾ ਪਿੰਡ ਚੱਕਮਗਰਾ ਨਹੀਂ ਆ ਪਰ ਅਸੀਂ 40 ਸਾਲ ਤੋਂ ਇੱਥੇ ਕੰਮ ਕਰਦੇ ਹਾਂ ਸਾਨੂੰ ਸਾਰਾ ਯਾਨੀ ਕਿ ਇੱਥੇ ਸਾਡਾ ਬਚਪਨ ਇੱਥੇ ਹੀ ਗੁਜ਼ਰਿਆ ਸਾਡਾ ਫਿਰ ਤਾਂ ਤੁਸੀਂ ਕੇਸ ਮੱਖਣ ਬਾਰੇ ਜ਼ਰੂਰ ਜਾਣਦੇ ਹੋਵੋਗੇ ਜਿਹੜੇ ਇਸ ਪਿੰਡ ਦੇ ਵਾਸੀ ਨੇ ਅਤੇ ਪੂਰੀ ਦੁਨੀਆ ਦੇ ਵਿੱਚ ਨਾਂ ਜਾਣਿਆ ਜਾਂਦਾ ਉਹਨਾਂ ਦਾ ਸੋ ਥੋੜ੍ਹਾ ਜਿਹਾ ਉਹਨਾਂ ਬਾਰੇ ਦੱਸੋਗੇ ਕਿਉਂਕਿ ਤੁਸੀਂ ਇੰਨੇ ਸਾਲਾਂ ਤੋਂ ਜੇ ਇਸ ਪਿੰਡ ਦੇ ਵਿੱਚ ਵਿਚਰਦੇ ਹੋ ਤਾਂ ਥੋੜ੍ਹਾ ਜਿਹਾ ਪਿੰਡ ਵਾਸੀਆਂ ਤੋਂ ਜਾਂ ਉੱਦਾਂ ਵੀ ਕਦੇ ਮਿਲੇ ਗਿਲੇ ਹੋਵੋਗੇ ਹਾਂਜੀ ਹਾਂਜੀ ਮਿਲੇ ਹਾਂ ਬਹੁਤ ਵਾਰੀ ਮਿਲੇ ਆ ਬਟ ਇਹ ਕਮੀ ਕਿ ਬਹੁਤ ਵਧੀਆ ਬੰਦੇ ਇੱਦਾਂ ਦੀ ਗੱਲ ਨਹੀਂ ਗੀ ਹੈਗੀ ਸਾਰਿਆਂ ਪਾਸਿਆਂ ਨੂੰ ਇੱਥੇ ਇਹ ਦੇਖਿਆ ਬਹੁਤ ਵਧੀਆ ਆ ਹਰ ਬੰਦੇ ਨਾਲ ਖੜਦੇ ਰਹੇ ਆ ਮਾੜੇ ਬੰਦੇ ਨਾਲ ਤੁਰਨਾ ਬਹੁਤ ਵਧੀਆ ਜਾਣੀ ਕਿ ਉਹਨਾਂ ਦਾ ਰਿਹਾ ਕੇ ਐਸ ਮੱਖਣ ਜੀ ਤਾਂ ਬਹੁਤ ਵਧੀਆ ਜੀ ਉਹਨਾਂ ਦਾ ਬਹੁਤ ਵਧੀਆ ਬੰਦੇ ਆ ਜਿੱਦਾਂ ਬਚਪਨ ਤੋਂ ਜਾਣਦੇ ਉਹਨਾਂ ਨੂੰ ਵੀ ਰਿਕਾਰਡ ਵਧੀਆ ਉਹਨਾਂ ਦਾ ਬਾਕੀ ਚਲੋ ਕਈ ਵਾਰੀ ਸਮਾਂ ਹੁੰਦਾ ਹੀ ਆ ਕੋਈ ਉਹਨਾਂ ਬਾਰੇ ਸੁਣਿਆ ਹੀ ਆ ਪਰ ਵੈਸੇ ਬਹੁਤ ਵਧੀਆ ਬੰਦੇ ਆ ਜੀ ਉਹ ਕਿਵੇਂ ਦਾ ਹੁੰਦਾ ਮਾਹੌਲ ਉਰੇ ਜਦੋਂ ਕੇ ਐਸ ਮੱਖਣ ਪਿੰਡ ਦੇ ਵਿੱਚ ਹੁੰਦੇ ਉਦੋਂ ਕਿਵੇਂ ਦਾ ਹੁੰਦਾ ਮਾਹੌਲ ਫੈਨ ਫੂਨ ਆਉਂਦੇ ਮਿਲਣ ਹਾਂਜੀ ਹਾਂਜੀ ਆਉਂਦੇ ਆ ਜੀ ਮਿਲਣ ਬਹੁਤ ਆਉਂਦੇ ਆ ਅਸੀਂ ਦੱਸੀਦਾ ਉਹਨਾਂ ਨੂੰ ਵੀ ਉਹ ਉੱਥੇ ਉਹਨਾਂ ਦੇ ਘਰ ਦਾ ਦੱਸੀਦਾ ਉਹਨਾਂ ਦੇ ਇੱਥੇ ਰਹਿੰਦੇ ਆ ਅਤੇ ਵਧੀਆ ਪਿੰਡ ਦਾ ਮਾਹੌਲ ਹੁੰਦਾ ਆ ਉਹ ਸਾਰਿਆਂ ਨੂੰ ਰਲ ਮਿਲ ਕੇ ਰਹਿੰਦੇ ਬੁਲਾਉਂਦੇ ਵਧੀਆ ਸੁਭਾਅ ਹਸਮੁੱਖ ਸੁਭਾਅ ਆ ਸਾਰਿਆਂ ਨਾਲ ਮਿਲ ਵਰਤ ਕੇ ਰਹਿੰਦੇ ਆ ਕੋਈ ਇੱਦਾਂ ਦੀ ਗੱਲ ਹੀ ਨਹੀਂ ਕਿ ਕਦੀ ਕਿਸੇ ਨਾਲ ਮਾੜਾ ਚੰਗਾ ਬੋਲਿਆ ਹੀ ਨਹੀਂ ਦੇਖੋ ਅਸੀਂ ਇਹਨਾਂ ਤੋਂ ਨਾ ਵੱਡੇ ਸੀ ਇਸ ਕਰਕੇ ਹੁਣ ਸਾਨਾਂ ਦਾ ਕੋਈ ਇੱਦਾਂ ਦੀ ਸ਼ਰਾਰਤ ਕਰਨੀ ਨਹੀਂ ਉਹ ਵੈਸੇ ਵੀ ਉਹਦਾ ਸੁਭਾਅ ਆ ਵੀ ਸਾਰਿਆਂ ਦੀ ਇੱਜ਼ਤ ਬਹੁਤ ਕਰਦਾ ਹੈ ਨਾ ਚਾਹੇ ਛੋਟਾ ਆ ਚਾਹੇ ਵੱਡਾ ਵੱਡੇ ਦੀ ਤਾਂ ਕਰਨੀ ਕਰਨੀ ਉਹਨੇ ਹੈ ਕਿ ਨਹੀਂ ਅਤੇ ਬਹੁਤ ਵਧੀਆ ਬੰਦਾ ਪਰਿਵਾਰ ਬਹੁਤ ਵਧੀਆ ਆ ਥੋੜ੍ਹਾ ਜਿਹਾ ਤੁਸੀਂ ਕੇ ਐਸ ਮੱਖਣ ਜੀ ਬਾਰੇ ਦੱਸੋਗੇ ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਨਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਵਿਵਾਦ ਜੀ ਵੀ ਬਹੁਤ ਜੁੜੇ ਰਹੇ ਹੈ ਨਾ ਕਦੇ ਕੋਈ ਪੰਗਾ ਕਦੇ ਕੋਈ ਪੰਗਾ ਅੱਜ ਕੱਲ੍ਹ ਵੀ ਹੈ ਨਾ ਥੋੜ੍ਹਾ ਜਿਹਾ ਉਹ ਦੱਸੋ ਪੰਗੇ ਬਾਰੇ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਗਾ ਜੀ ਅਤੇ ਉੱਦਾਂ ਠੀਕ ਆ ਆਉਂਦਾ ਜਾਂਦਾ ਇੱਥੇ ਸਾਡੇ ਪਿੰਡ ਅਤੇ ਨਾਲ ਹੀ ਘਰ ਆ ਉੱਦਾਂ ਗਿੱਧਿਆਂ ਦੇ ਵਿੱਚ ਉਹ ਜ਼ਰੂਰ ਸ਼ਾਮਲ ਹੁੰਦਾ ਅਤੇ ਸਾਡੇ ਪਿੰਡ 'ਚ ਗਿੱਧੇ ਪੈਂਦੇ ਆ ਗਿੱਧਿਆਂ ਕਰਕੇ ਉਹ ਸਟੇਜ ਵੀ ਲਾਉਂਦਾ ਸਭ ਕੁਝ ਕਰਦਾ ਆਪ ਵੀ ਗਾਉਂਦਾ ਉਹ ਹਾਂਜੀ ਅਤੇ ਪਿੰਡ ਵਾਸਤੇ ਉਹਨਾਂ ਨੇ ਕੋਈ ਖਾਸ ਗੱਲ ਕਰੀ ਹੋਵੇ ਕੋਈ ਦੇਣ ਕੋਈ ਮਤਲਬ ਕਿ ਜਦੋਂ ਬੰਦਾ ਆਰਟਿਸਟ ਵੱਡਾ ਹੋ ਜਾਂਦਾ ਹੈ ਨਾ ਉਹਦੀ ਹਰ ਪਾਸੇ ਨੂੰ ਬਹੁਤ ਜ਼ਿਆਦਾ ਪਹੁੰਚ ਹੋ ਜਾਂਦੀ ਹੈ ਅਤੇ ਉਸ ਕਰਕੇ ਬਹੁਤ ਸਾਰੇ ਪਿੰਡ ਦੇ ਐਸੇ ਕੰਮ ਪੰਚਾਇਤਾਂ ਦੇ ਰੁਕੇ ਹੋਏ ਹੁੰਦੇ ਆ ਜਾਂ ਕਿਸੇ ਦੇ ਹੋਰ ਗਰੀਬ ਘਰਾਂ ਦੇ ਬੱਚਿਆਂ ਦੀ ਕੋਈ ਹੈਲਪ ਕੋਈ ਇੱਦਾਂ ਦੇ ਕਰਦੇ ਰਹਿੰਦੇ ਕੰਮ ਉਹ ਸੋਸ਼ਲ ਵਰਕ ਜਿਹੜੇ ਹਾਂਜੀ ਕਰਦੇ ਆ ਜੀ ਉਹ ਪਿੱਛੇ ਉਹਨਾਂ ਦੂਜਾ ਕਰਾਇਆ ਸੀ ਆਪਣੇ ਜਿੱਦਾਂ ਕਸਰਤ ਕਰਦੇ ਹੁੰਦੇ ਨਿਆਣੇ ਜ਼ੋਰ ਦਾ ਕੰਮ ਕਰਦਾ ਸੀ ਕਰਾਉਂਦਾ ਸੀ ਆਪ ਵੀ ਅਤੇ ਨਿਆਣਿਆਂ ਤੋਂ ਵੀ ਕਰਾਉਂਦਾ ਸੀ ਅਤੇ ਜਦੋਂ ਇਹ ਪੁਲਿਸ 'ਚ ਨੌਕਰੀ ਕਰਦੇ ਸੀ ਕਿਹੜੇ ਰੈਂਕ ਦੇ ਉੱਤੇ ਹੁੰਦੇ ਸੀ ਇਹ ਜਿੰਨਾ ਕੁ ਮੈਨੂੰ ਪਤਾ ਇਹ ਕਾਂਸਟੇਬਲ ਸੀਗਾ ਉਦੋਂ ਅਤੇ ਪਤਾ ਨਹੀਂ ਇਹਨੂੰ ਮੁੜ ਕੇ ਕੋਈ ਹੋਰ ਰੈਂਕ ਮਿਲਿਆ ਕਿ ਨਹੀਂ ਮਿਲਿਆ ਇਹਦੇ ਬਾਰੇ ਕੋਈ ਪੱਕਾ ਨਹੀਂ ਆਪਾਂ ਕਹਿ ਸਕਦੇ ਉੱਦਾਂ ਕਾਂਸਟੇਬਲ ਤਾਂ ਮੈਂ ਸਾਡੇ ਲਾਗੇ ਛਾਗੇ ਹੀ ਰਿਹਾ ਹੈ ਕਿ ਨਹੀਂ ਅਤੇ ਵਧੀਆ ਇੱਥੇ ਪੀ ਏ ਪੀ 'ਚ ਪਹਿਲਾਂ ਇੱਕ ਕਮਾਂਡੋ ਸੀ ਕਮਾਂਡੋ ਤੋਂ ਬਾਅਦ ਇਹਨੂੰ ਫਿਰ ਸੋਹਣਾ ਸੀਗਾ ਪਰਸਨੈਲਿਟੀ ਵਰਦੀ ਪਾ ਕੇ ਚੰਗੀ ਸੀ ਫਿਰ ਉਹ ਇੱਕ ਅਫਸਰਾਂ ਲਈ ਸਨਮਾਨ ਵਾਲੀ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਇਹਨੂੰ ਲੈ ਆਉਂਦਾ ਅਫਸਰਾਂ ਨੇ ਕਿਉਂਕਿ ਜਿਹੜੇ ਸੀ ਮਹਿਲ ਸਿੰਘ ਭੁੱਲਰ ਉਹਨਾਂ ਨਾਲ ਕਾਫੀ ਸੀ ਇਹਨਾਂ ਦੇ ਉਹਨਾਂ ਨੇ ਇਹਨਾਂ ਦੀ ਪਹਿਲੀ ਜਿਹੜੀ ਟੇਪ ਆਈ ਸੀ ਉਹਨਾਂ ਨੇ ਹੀ ਰਿਲੀਜ਼ ਮੇਰਾ ਗੱਲ ਕੀਤੀ ਅਸੀਂ ਸ਼ੰਕਰ ਪਿੰਡ ਦੀ ਅਕੈਡਮੀ ਦੇ ਵਿੱਚ ਖੜ੍ਹੇ ਹਾਂ ਜਿੱਥੇ ਕਿ ਗਰਾਊਂਡ ਬਣਿਆ ਹੋਇਆ ਅਤੇ ਬੱਚੇ ਇੱਥੇ ਖੇਡ ਰਹੇ ਹੈ ਕੀ ਹਾਲ ਚਾਲ ਹੈ ਛੋਟੇ ਭਾਅ ਜੀ ਵਧੀਆ ਜੀ ਅੱਛਾ ਕੇ ਐਸ ਮੱਖਣ ਬਾਈ ਉਰੇ ਆਉਂਦੇ ਹੈ ਹਾਂਜੀ ਹਾਂਜੀ ਆਉਂਦੇ ਆ ਜੀ ਅਤੇ ਫਿਰ ਉਰੇ ਤੁਹਾਨੂੰ ਦਿੰਦੇ ਆ ਟ੍ਰੇਨਿੰਗ ਟ੍ਰੁਨਿੰਗ ਦੱਸਦੇ ਹੁੰਦੇ ਕੁਛ ਹਾਂਜੀ ਹਾਂਜੀ ਦੱਸ ਜਾਂਦੇ ਆਣ ਕੇ ਜਿੱਦਾਂ ਫਿਰ ਨਹੀਂ ਫਰੀ ਹੁੰਦੇ ਕਿਸ ਵੇਲੇ ਫਿਰ ਆਪ ਹੀ ਕਰ ਲਈਦਾ ਵਾ ਵੈਸੇ ਆਣ ਕੇ ਦੱਸ ਦਿੰਦੇ ਆ ਕਿਵੇਂ ਬਾਈ ਦਾ ਸੁਭਾਅ ਕਿਵੇਂ ਐਨ ਗੁੱਡ ਹੈ ਭਾਅ ਜੀ ਐਨ ਆਤ ਸੁਭਾਅ ਪੂਰਾ ਐਨ ਸਪੋਰਟ ਪੂਰੀ ਕਰਦੇ ਸਾਨੂੰ ਜੀ ਗਾਣੇ ਸੁਣਦੇ ਹੋ ਗਾਣੇ ਪੂਰੇ ਸੁਣੀ ਦੀ ਹੈ ਜੀ ਸਟੋਰੀਆਂ ਵੀ ਉਹਨਾਂ ਦੀਆਂ ਲਾਈ ਦੀਆਂ ਸੀ ਤਾਂ ਕਿਹੜਾ ਗਾਣਾ ਬਾਈ ਦਾ ਸਭ ਤੋਂ ਘੈਂਟ ਲੱਗਦਾ ਖੁੱਤੀ ਪਾਉਣ ਨੂੰ ਇਹ ਤਾਂ ਸਾਨੂੰ ਖਰਾ ਲੱਗਦਾ ਜੀ ਨਿਊ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਹੈ ਭਾਈ ਜੀ ਮੈਨੂੰ ਉਹਦੀ ਸੋਚ ਵਧੀਆ ਲੱਗਦੀ ਮੈਨੂੰ ਭਾਈ ਉਹਦੀ ਕੀ ਦੱਸਦੇ ਹੁੰਦੇ ਕੀ ਸਮਝਾਉਂਦੇ ਹੁੰਦੇ ਆ ਭਾਈ ਉਹ ਆਪਣੇ ਜਿੱਦਾਂ ਹੁਣ ਉਹ ਦੱਸਦੇ ਆ ਸਾਨੂੰ ਵੀ ਤੁਸੀਂ ਖੇਡਣਾ ਚਾਹੁੰਦੇ ਆ ਖੇਡੋ ਪਰ ਕੋਈ ਬੁਰੇ ਕੰਮਾਂ 'ਚ ਨਾ ਕਹਿੰਦੇ ਵੜੋ ਕਿਹੜੇ ਕਿਹੜੇ ਗਾਣੇ ਜ਼ਿਆਦਾ ਵਧੀਆ ਲੱਗਦੇ ਇੱਕ ਜੇ ਜੱਟ ਫੇਰ ਆ ਸਿਆਰ ਖੁੱਤੀ ਪਾਉਣ ਨੂੰ
तो गैरां दे सिरां ते हुंदियां लड़ाइयां ते इक वारा न्यू आया गाना हुण वह भी गाना वधिया हटिया वधिया दा एक बाई पिछे दौड़ लगा रहा है पर हुण अपने वार्मअप कर रहा है वार्मअप दे नाल नाल आपां उहनूं मैं कहना सवाल पुछदे हां आपां पुछदे हां वीर नूं जाके के एस मक्खण बारे की हाल चाल है वधिया वधिया जी अपना शंकर पिंडे हाँ जी हाँ जी असीं ना असल च अज आए हुए इधर के एस मक्खण बाई दे बारे लोगों तो रिव्यू लेने ना पिंड वासियों तो थोड़ा जा के एस मक्खण बाई बारे दसोंगे वधिया बंदा पेंडली तो बहुत वधिया बाकी बाहर तो हम कह नहीं सकते साहो साही हुए पे तुसीं पूरा साह गेम दा टाइम जी किहड़ी गेम खेडदे हो फुटबॉल तो बाई होर जो हरियाणे है ना हूँ तो इस टाइम तो बाहर ने वो तो जो इंडिया होंगे पंजाब के अपने पिंड के होंगे तो उरे कि गेड़ा मारते मतलब डेली आते तकरीबन मेन तो ग्राउंड ना जुड़े आ सब तो वधिया चीज़ बाई की कि मेन ग्राउंड ना जुड़िया प्लेयर आ प्लेयर आ सोचता तो कोई माड़ी चीज़ जी लगती हुई उन्हें माड़ी भी कोई खास नहीं पेंडली तो ठीक है उदा बहरली नहीं ठीक पिंडली ठीक नहीं बहर हम बहर कहो आप बहर गए बहर का बहुत उदा बहरले लोगों तो मिलते हैं आप बहरले लोग की कहने फिर बहरले जो मर्जी कही जान बहर तो बंदा हम नैगेटिव भी होंगे पॉजिटिव भी होंगे बंदे है हर तरह का बंदा होंगे कोई बंदा गलत सोचता कोई चंगा सोचता आप पिंड जिते रहने आप तो दस सकते तो पिंड वास्ते बाई ने मतलब कि क्योंकि शुरू तो है ना पिंड दे विच रहे हैं वो अपने रूट्स नाल जुड़ के रहे हैं हमेशा है ना तो उन्होंने पिंड नूं कोई खास देण या कुछ ऐसा करिया कि एडे वड्डे आर्टिस्ट और एडा वड्डा नाम होने के नाल नाल कि अपने पिंड दे लई उन्होंने खास की काम किए मेन स्पोर्ट्स लई स्पोर्ट्स प्लेयरां नूं मतलब सहयोग दिंदे आ हरेक खिडारी नूं जो जिदा प्लेयर आ कोई भी कोई चाहीदा समान कुछ भी आ मतलब ग्राउंड नाल रिलेटड आ ग्राउंड नाल जुड़े आ हाँ जी उदा उन्होंने परिवार के कौन कौन है जो परिवार की गल करिए परिवार च दो ब्रदर है उन्होंने एक इतने एक मेरे ख्याल कनेडा ही है हाँ जी एक सिस्टर है हाँ जी तो इतने उन्होंने बच्चे फिर इतने रहने बहर बच्चे मेरे ख्याल बहर ही हाँ जी तो बाई न कोई मैसेज अपने वालों देना चाहते हो उन्होंने फैन होने के नाते तो एक पिंड के वासी होने के नाते नहीं नहीं आप कहने भी वधिया उन्होंने इस टाइम कह लो इस टाइम तो ट्रेंडिंग चल रहे तो आप कहने वधिया भी इदा ही तो जेडे उन्होंने नाल फिर कॉन्ट्रोवर्सियाँ वगैरह जुड़दियाँ रहनिया उन्होंने बारे हरेक बंद होंगे ही कुछ चंगे भी माड़े हरेक बंद ही वह तो चली जाना माड़े भी नैगेटिव भी बंदे होंगे आ गलत भी सोचते आ कि सही भी सोचते वह तो हर तरह का बंदा वह तो हरेक हरेक बंद का इदा ही होंगे हाँ जी तो जोड़ा हूँ उन्होंने पिछले एक सब तो व्डा जोड़ा एक विवाद नाल जुड़िया हालांकि काफ़ी सारे उन्होंने नाल कॉन्ट्रोवर्सियाँ और विवाद जोड़े जुड़े रहे है ना एक पिछले जोड़ा उन्होंने पहला केस रख ले सके है ना सिखी रूप च आ गए थे उस तो बाद हूँ फिर दोबारा उन्होंने मतलब कि फिर बाल कटवा ले तो उस तरीके पुराना केस मक्खण वापस आ गया सो कि ज़्यादा वधिया लगते पहले वाले या हूँ नहीं नहीं अपनी जगह हूँ तो उन्होंने सोचनी है ना भी वह किदा उन्होंने सही लगता वो तो हर बंद का अपना ही हूँ हरेक भी कोई किदा मानना चाहता कोई किदा वो तो अपनी वो अपनी है ना लाइफ वो उत्ते आप कुछ नहीं कह सकते भी वो इदा रहे या उदा रहे वधिया बाई की कि लुक लगती दोनों लुक वधिया ही वह भी लुक वधिया ही वह भी वधिया हाँ जी बहुत बहुत धन्यवाद वीरे करो तुम अपना लव रनिंग है ना आओ आप चलते हैं अगे होर बंदियां कोल ते उन्हां नूं पुछदे आं आपां जाके उधर भी सामने साडे ना बंदे खेड रहे हैं तो फुटबॉल लगे हुए हैं तो उन्हां नूं पुछदे आं ते पिछे साडे होर कुछ बजुर्ग भी बैठे ने पिंड दे उन्हां नूं भी पुछदे आं जाके कि किवें के एस मक्खण बाई दा हिसाब किताब है सो आओ चलदे आं ते आ साडे नाल शंकर पिंड दी फुटबॉल दी टीम साडे नाल खड़ी है ते इधर पुछदे आं फिर की नाम है वीर सिमरतपाल ते फुटबॉल किन्ने टाइम तों खेडदे पंज छे साल हो गए तो इधर थोड़े ना असं पिंड दे विच अज आए हुए सीगे के एस मक्खण बाई है ना पूरी दुनिया दे विच नाम जाने जांदा तो पसंद करते हो उन्होंने गाने ना पसंद नहीं करते ना मूँह तो कही जान हाँ जी तो बाई जो आऊगा फिर उन्होंने की जवाब दोगे कुछ भी नहीं आई का जवाब देना क्यों नहीं वधिया लगता गाने नहीं वधिया लगते बाई नहीं वधिया लगता उदा ही मैं सुनदा नहीं गाने भाई दे अच्छा तुसीं कितना सुनते हो किसी दे भी नहीं बंदा सीधा हो गया चलो आ गल वधिया लगी क्योंकि बंदे नूं ना जो हैगा दिल दे अंदर वो लुकाउणा नहीं चाहिए बंदे नूं सीधा डायरेक्ट गल कर देनी चाहिए है की हाल है वीरे वधिया भाई वधिया की नाम है धीरज कुमार ते बाई दे गाने सुनदे हो केस मक्खण बाई दे हाँ जी भाई कई सुनदे ते केड़ा गाना सब तो वधिया लगदा जिहड़ा नवां आया फ्लड बैक
अच्छा सारे मैं कहना जिन्हें भी बंदियां ने पूछा उही गाना सब तो वधिया लगता है, वैसे मैं भी वधिया लगता है वो गाना। तो उदा बाई दे बारे किदा नेचर लगता बाई दा? वधिया भाई, ज़्यादा मिले नहीं गए मतलब, पर उदा देखा है तो सही लगता है भाई। पिंड यही है थोड़ा भी? शंकर शंकर ही है जी। नहीं भाई अभी तो घट ही मिलेगा, मेरा पिंड यही नहीं, मेरा पिंड होर है भाई। अच्छा मैं तो खेड नहीं आना बस। ओके तो बाई दे गाने गुने सुनते हो? गाने बाद चलते सुन लीजिए टीवी टूवी से, जो आई हरेक भी सुनी चाहिए अपना। ज़्यादा सब तो वधिया किहड़ा सिंगर लगता? सारे ही वधिया लगते अपन जिहड़ा आ गया सुन लईदा। तो जो उरे फिर बई आया हुआ हुंदे तां उदों उरे फैन फोन आंदे आ जां फोटा फोटा झाड़दा हुंदा? नहीं नहीं बई फोटोआं दा की, क्योंकि इत्थे ग्राउंड च आम ही फिरदे रहिंदे आ। अच्छा हांजी। ते रोज आने जदों इंडिया हुंदे आ वैसे? नहीं नहीं कई कई वारी आंदे हुंदे, पर रोज नहीं जी। ते इधर की हाल है वीर? वधिया भाई। की नाम है? आदित्य। ते सुनदे हो बई दे गाने? सुन लईदा कदी कदी। आ गल वधिया यार, तुसीं ना सीधी जो गल हैगी है, शंकर पिंड दे बंदियां दी आ खासियत है कि जिहड़ी गल दिल च आ उही जुबान ते है, कोई ओला पर्दा नहीं हैगा, है ना। ते किहड़ा सिंगर पसंद है ज्यादा? सिंगर बस इदां ही जिहड़ा आ गया गाना सुन लो बस, वधिया ही लगदे सारे। इंस्टाग्राम ते रीलां बनाने हो मैं सुणिया तुसीं? हांजी भाई बना दी जी। हां भाई वधिया लगदा? हांजी हांजी वधिया। हांजी भाई वधिया गाउंदे आ, जिदां पता ही है सारे पंजाब च की पूरे वर्ल्ड च नाम है उहनां दा। ਹਾਂਜੀ ਬਾਕੀ ਭਾਜੀ ਮਾਣ ਮਹਿਸੂਸ ਹੁੰਦਾ ਕਿ ਸਾਡੇ ਪਿੰਡ ਦੇ ਕੇਐਸ ਮੱਖਣ ਸਾਹਿਬ ਨੇ, ਤੇ ਜਦੋਂ ਪਿੰਡ ਤੋਂ ਬਾਹਰ ਜਾਂਦੇ ਹੋ ਤਾਂ ਲੋਕਾਂ ਨੂੰ ਦੱਸਦੇ ਹੋਵੋਗੇ ਅਸੀਂ ਸ਼ੰਕਰ ਪਿੰਡ ਤੋਂ ਆਏ ਹਾਂ, ਤਾਂ ਉਹ ਕਹਿੰਦੇ ਆ ਕਿ ਕੇਐਸ ਮੱਖਣ ਬਾਈ ਦਾ ਪਿੰਡ? ਹਾਂਜੀ ਹਾਂਜੀ ਬਾਈ ਜ਼ਰੂਰ, ਇੱਦਾਂ ਹੀ ਹੁੰਦਾ ਭਾਈ, ਜਦੋਂ ਕਿਤੇ ਜਾਂਦੇ ਹਾਂ ਬਾਹਰ ਖੇਡਣ ਵੀ ਜਾਈਦਾ ਜੀ, ਜਦੋਂ ਫੁੱਟਬਾਲ ਵੀ ਖੇਡਣ ਜਾਈਦਾ, ਜਦੋਂ ਸ਼ੰਕਰ ਨਾਮ ਸੁਣਦੇ ਆ ਤਾਂ ਨਾਮ ਭਾਈ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਵੇ, ਭਾਈ ਦੇ ਸ਼ੰਕਰ ਦੇ ਪਿੰਡੋਂ ਆਏ ਇਹ ਮੱਖਣ ਬਾਈ ਦੇ ਪਿੰਡੋਂ ਆ। ਅਤੇ ਗਾਣਾ ਕਿਹੜਾ ਸਭ ਤੋਂ ਘੈਂਟ ਲੱਗਦਾ? ਜਿੱਦਾਂ ਆਪਣੇ ਵੀ ਡੋਲਿਆਂ 'ਚ ਜਾਣ ਚਾਹੀਦੀ, ਸਾਰੇ ਭਾਈ ਦੇ ਹਿੱਟ ਗਾਣੇ ਆ, ਜਿੱਦਾਂ ਹੁਣ ਨਵਾਂ ਗਾਣਾ ਆਇਆ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ, ਉਹ ਵੀ ਗਾਣਾ ਬਹੁਤ ਭਾਈ ਦਾ ਹਿੱਟ ਹੋਇਆ। ਗਾਣਿਆਂ 'ਚ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਹੈ ਕਿ ਬਾਈ ਦਾ ਕਿਹੜਾ ਜ਼ਿਆਦਾ ਜੋਨਰ ਵਧੀਆ ਲੱਗਦਾ? ਭਾਜੀ ਉਹਨਾਂ ਦੇ ਜੋਨਰ ਸਾਰੇ ਵਧੀਆ, ਉਹਨਾਂ ਦੇ ਸੈਡ ਗਾਏ ਆ ਗਾਣੇ ਉਹ ਵੀ ਵਧੀਆ ਆ, ਅਤੇ ਜਿਹੜੇ ਮਤਲਬ ਆ ਸਪੋਰਟਸਮੈਨਾਂ ਲਈ ਵੀ ਗਾਏ ਹੋਏ ਆ, ਹੋਰ ਵੀ ਭਾਈ ਦੇ ਜਿੱਦਾਂ ਦੂਜੇ ਧੜੱਲੇ ਵਾਲੇ ਗੀਤ ਚੱਲਦੇ ਆ ਉਹ ਵੀ ਵਧੀਆ ਹੀ ਹੈ ਜੀ। ਹੁਣ ਪਿੱਛੇ ਜੇ ਸਿੱਖੀ ਸਰੂਪ 'ਚ ਆ ਗਏ ਸੀਗੇ, ਉਸ ਤੋਂ ਬਾਅਦ ਹੁਣ ਫਿਰ ਵਾਲ ਕਟਾ ਕੇ ਪੁਰਾਣੇ ਰੂਪ 'ਚ ਆ ਗਏ, ਤਾਂ ਥੋੜ੍ਹਾ ਜਿਹਾ ਉਹਦੇ ਬਾਰੇ ਕੋਈ ਜਾਣਕਾਰੀ ਜਾਂ ਕੁਛ ਕਹਿਣਾ ਚਾਹੋਗੇ? ਦੇਖੋ ਜਦੋਂ ਇਹਨਾਂ ਨੇ ਅੰਮ੍ਰਿਤ ਛਕਿਆ ਨਾ, ਉਹ ਵੀ ਇਹਨਾਂ ਦੀ ਮਰਜ਼ੀ ਸੀ ਅਤੇ ਖੁਸ਼ੀ ਸੀਗੀ ਇਹਦੀ, ਅਤੇ ਇਹਦੇ ਬਾਰੇ ਆਪਾਂ ਨੂੰ ਡੰਗਿਆਈ 'ਚ ਨਹੀਂ ਪਤਾ ਵੀ ਸਿੱਖੀ ਸਰੂਪ ਕਿਉਂ ਛੱਡਿਆ, ਵੀ ਇਹਨਾਂ ਦਾ ਵੀ ਕੋਈ ਗਾਉਣ ਝੜਕਾ ਸੀ ਜਾਂ ਕਈ ਬੰਦੇ ਹੈ ਨਾ ਐਵੇਂ ਹੀ ਕਹਿ ਦਿੰਦੇ ਆ ਵੀ ਉਹ ਐਂ ਜੋ ਹੈ ਨਾ, ਅਤੇ ਪਰ ਇੱਦਾਂ ਦੀ ਇੱਥੇ ਅਸੀਂ ਪਿੰਡ 'ਚ ਨਹੀਂ ਕਦੇ ਵੀ ਦੇਖੀ ਇਹਦੀ ਕੋਈ ਗੱਲਬਾਤ। ਸੋ ਇਹ ਸੀ ਜੀ ਪਿੰਡ ਸ਼ੰਕਰ, ਜੋ ਕਿ ਅਸੀਂ ਮਸ਼ਹੂਰ ਪੰਜਾਬੀ ਗਾਇਕ ਕੇ ਐਸ ਮੱਖਣ ਦਾ ਪਿੰਡ, ਅਤੇ ਇੱਥੇ ਦੇ ਪਿੰਡ ਦੇ ਲੋਕਾਂ ਦੇ ਵਿਚਾਰ ਤੁਸੀਂ ਸੁਣੇ ਕੇ ਐਸ ਮੱਖਣ ਬਾਰੇ, ਕਿਵੇਂ ਦੀ ਲੱਗੀ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਸਤਰੰਗ ਨੂੰ ਜਿਨ੍ਹਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਪਿੰਡ ਦੇ ਵਿੱਚ। ਦਿਓ ਆ ਗਿਆ, ਧੰਨਵਾਦ।